सत श्री अकाल जी सारयां नूं जिन्ने भी अपने नाल यूट्यूब ते जुड़े हुए आ ते आपां तैयार व्यार हो के होटल चों निकल गए। हुण आपां चल्लिआ माल रोड ते, मौसम पूरा उक्के होया पिआ, पूरी ठंड आ ते चढ़ाई वाली आ बई। इक सानूं होर गल दसदा बई, जिन्हें मान लो शिमले आउणा, इक तां जिहड़े शिमले आउणा उह रात नूं चल्लिओ मान लो 10 बजे तों बाद, क्योंकि सड़क जमा खाली हुंदी आ, ट्रैफिक बहुत घट हुंदी आ। ते इक मान लो खर्चा पानी तो सारे पता ही भी 5,000 तो पर बंदे का लग ही जाता है ना, भी 5,000 तो वधिया इंजॉय हो जाता, खा पी पूरा ओके हो जाता। भी मन ला जिन्हें भी आना 5,000 का तो बस्ट बना के लिया। हाँ एक गल होर आ बई, जिहड़ा बंदा इतने 5-10 दिन रह जाए मेरे वर्गे का वजन टुट जू इत, क्योंकि साला ओहो मर गए बलिंदरा आईओ। ये मुंडे कहने रोटी खानी आ, परौंठे खा के चाह चू पी के शरीर रहन, कहने ते कहने च करके फिर चला चढ़ांगे माला रोड दियां पौड़ियां, क्योंकि ओह आना बई उच्चा बहुता कम ते हार हार मनना तुसी है नहीं। जिहड़ी कमिटमेंट करती तां करती बई, परौंठे भी जमा फुल घेंट बनाए ने यार। गल कर महंगाई वाधा, आपां कहने आ महंगाई अपने इत्थे वाली महंगाई आ बई, 15 रुपया दा ज्यादा कप अपने बाटियां किवें रुड़ी जांदियां ने। ਪੰਜਾਬ ਤਾਂ ਪੰਜਾਬ ਹੀ ਆ, ਇਹ ਗੱਲ ਹੈਗੀ ਆ ਸਾਲੀ, ਪੰਜਾਬ ਵਰਗੀ ਮੌਜ ਤਾਂ ਨਹੀਂ ਕਿਤੇ ਹੈਗੀ ਪੰਜਾਬ ਦੇ ਸਿਰਤੀ ਇਸ ਗੱਲ। ਹਾਂ ਆ ਗੁਰੂ ਘਰਾਂ 'ਚ ਵਗ ਜਾ ਬਈ, ਲੰਗਰ ਹੀ ਲੰਗਰ ਨੇ, ਇਹ ਆਈਵੀਂ ਨਹੀਂ ਬਾਈ। ਗੁਰੂ ਆਪਣਾ ਇਤਿਹਾਸ ਤਾਂ ਆਪਣੀ ਆ, ਕੁਛ ਮਰਜ਼ੀ ਆ, ਪੰਜਾਬ ਵਰਗੀ ਜੀ ਨਹੀਂ ਸਹੀ ਗੱਲ ਆ। ਉਹ ਸ਼ਿਮਲਾ ਵੀ ਪੰਜਾਬ 'ਚ ਹੀ ਬੰਦਾ, ਸਾਨੂੰ ਸਾਡਾ ਹਿਮਾਚਲ ਤੇ ਹਰਿਆਣਾ ਦੇ ਦਿਓ। ਕਿਵੇਂ ਕਿਸੇ ਗੱਲ ਤੇ ਗਿਆ, ਕਿਸੇ ਮੂਸੇ ਵਾਲੇ ਨੇ ਐਵੀਂ ਨਹੀਂ ਕਿਹਾ ਯਾਰ, ਜੇ ਹਿਮਾਚਲ ਵੀ ਆਪਣਾ ਹੁੰਦਾ ਲਾਲਾ ਹਰਿਆਣਾ ਯਾਰ, ਕਿੱਡੀ ਗੱਲਬਾਤ ਸੀ। ਹੋਰ ਹੈ ਨਾ ਪੰਜਾਬ ਹੈ ਨਾ, ਉਹਦਾ ਕਿਸੇ ਪਹਾੜੀ ਤੇ ਘਰ ਪਾ ਰਿਹਾ ਹੁੰਦਾ ਵੇਚ ਕੇ ਨਾਲ। ਉਹ ਮੈਂ ਦਬਣਾ ਤਾਂ ਹੈ ਹੀ ਨਹੀਂ, ਖਾ ਲੈਣੇ ਇੱਕ ਅੱਧੀ ਬੁਰਕੀ, ਅਸੀਂ ਬਹੁਤ ਸਮਝਦਾਰੀ ਨਾਲ ਚੱਲਦੇ, ਇੱਕ ਪਰੌਂਠਾ 4 ਬੰਦੇ ਖਾ ਰਹੇ ਹਾਂ। ਨਹੀਂ ਪਹਿਲਾਂ ਵੀ ਇਹਦਾ ਖਾ ਲਿਆ, ਚਾਹ ਬਹੁਤ। ਹਾਂ ਪਹਿਲਾਂ ਤਿੰਨ ਫਾੜਿਆ ਆਏ ਨਾ ਸੁੱਤੇ ਵੀ, ਤਾਂ ਤਾਂ 1 ਨੰਬਰ 'ਚ ਹੀ ਆ ਸਾਡਾ ਮਾਹੌਲ, 1 ਨੰਬਰ 'ਚ ਹੀ ਆ, ਪਰ ਸੰਗਰੂਰ ਵਾਲੇ ਬਾਬੇ ਦਾ 2 ਨੰਬਰ 'ਚ ਹੋ ਗਿਆ। ਬਾਕੀ ਅੱਗੇ ਦਿਖਾਉਣੇ ਆ ਤੁਹਾਨੂੰ ਬਈ, ਮੌਸਮ ਬੜਾ ਘੈਂਟ ਹੋ ਰਿਹਾ, ਧੁੰਦ ਬਾਲੀ ਪਈ ਜਾਂਦੀ ਆ ਸਾਲੀ, ਫੋਟੋ ਨਹੀਂ ਖਿੱਚੀ ਜਾਂਦੀ, ਸਾਫ ਨਹੀਂ ਆਉਂਦੀ ਹੈਗੀ। ਹੁਣ ਲੈ ਲਿਆ ਕੁਛ, ਅਸੀਂ ਲੈਣਾ ਕੁਛ ਨਹੀਂ, ਦੁਕਾਨਾਂ ਵਿੱਚ ਵੜ ਗਏ, ਸਵਾਦ ਲੈਨੇ ਆ ਜ਼ਿੰਦਗੀ ਦਾ ਸਵਾਦ ਲੈਨੇ ਆ। ਇੱਕ ਗੱਲ ਹੈਗੀ ਆ ਭਰਾਵਾ, ਮਹਿੰਗਾਈ ਵਾਲੀ ਆ, ਵਾਲੀ ਆ ਹਨਾ। ਇੱਕ ਗੱਲ ਹੋਰ ਆ ਬਈ, ਜਿਹਨੇ ਮਾਲ ਰੋਡ ਤੇ ਆਉਣਾ ਹਨਾ, ਵੈਸੇ ਤਾਂ ਜਿਹੜੀ ਮੰਡੀਰ ਆ ਸਾਰੀ ਆ ਕੇ ਗਈ, ਉਹਨੂੰ ਸਾਰਾ ਪਤਾ ਹੀ ਆ, ਪਰ ਬਈ ਜਿਹਨੇ ਮਾਲ ਚੀਜ਼ ਵਾਸਤੇ ਲੈਣ ਵਾਲਾ ਕੰਮ ਨਹੀਂ, ਜਿਹਨੇ ਆਉਣਾ ਉਹ ਤਾਂ ਉਹ ਕਰੇ, ਜੇਬ ਭਾਰੀ ਚਾਹੀਦੀ ਆ, ਜੇ ਊਂ ਟਾਈਮ ਪਾਸ ਕਰਕੇ ਮੁੜਨਾ ਤਾਂ 5,000 'ਚ ਸਰ ਜੂ, ਜੇ ਇੱਥੋਂ ਕੁਛ ਲੈਣਾ ਫਿਰ ਤਾਂ ਵੀ ਬੰਦੇ ਜੇਬ 'ਚ 15,000-20,000 ਰੁਪਇਆ ਚਾਹੀਦਾ। ਅਸੀਂ 10 ਦੁਕਾਨਾਂ 'ਚ ਵੜ ਗਏ, ਲੈਤਾ ਕੁਛ ਨਹੀਂ, ਸਵਾਦ ਲਈ ਜਾਂਦੇ ਹਾਂ, ਗੱਲਾਂ ਲੈਣ ਵਾਲਾ ਹੈ ਨਹੀਂ, ਬਜਟ ਹੀ ਨਹੀਂ ਇੰਨਾ ਲੈਣ ਵਾਲਾ, ਭਾਈ ਇੰਨਾ ਮਹਿੰਗਾ ਨਹੀਂ ਚਾਹੀਦਾ, ਪਤਾ ਨਹੀਂ ਭਾਈ ਇੱਥੇ ਕੀ ਚੱਕਰ ਹੈਗਾ, ਪਰ ਉਹੀ ਗੱਲ ਆ ਫੇਮਸ ਜਗ੍ਹਾ ਹਨਾ, ਉਹਦੇ ਕਰਕੇ ਰੇਟ ਜ਼ਿਆਦਾ ਨੇ, ਫਿਰ ਤੈਨੂੰ ਵਧੀਆ ਭੜਕ ਰਿਹਾ ਇੱਥੇ, ਮਨ ਭੜਕ ਰਿਹਾ ਇੱਥੇ, ਮਨ ਅਸੀਂ ਬਚਾ ਬਚਾ ਕੇ ਰੱਖ ਰਹੇ ਹਾਂ, ਬਹੁਤ ਔਖਾ ਕੰਮ ਹੈ ਇੱਥੇ, ਪੰਮੇ ਮਨ ਵਾਲਾ ਭੜਕ ਰਿਹਾ ਇੱਥੇ। ਪੁੱਛਣਾ ਬਾਬੇ ਜਮਾ ਕਿਹੜੇ ਬਲੌਗਰ ਆ ਯਾਰ, ਆਪਾਂ ਮੇਰੇ ਸਾਹਿਬ ਬਾਂਹ ਲਹੂਗੀ, ਇੱਕ ਬਾਂਹ ਤੇ ਵੀ ਐਂ ਥੱਲੇ ਸਪੋਰਟ ਲਾਉਣੀ ਪੈਗੀ ਜਿਹੜੀ ਐਂ ਤੁਰਿਆ ਕਰੇ। ਚੱਲ ਸਟਿੱਕ ਨੂੰ ਕੀ ਆ, ਥੱਕ ਗਏ ਬਾਈ, ਮੈਂ ਤਾਂ ਸੜਕ ਤੇ ਪੈ ਗਏ, ਚਕਾਰੀ ਸੰਗਾਂ ਲੱਤਾਂ ਜਵਾਬ ਦੇ ਗਈਆਂ, ਲੋਕਾਂ ਨੂੰ ਪਤਾ ਨਹੀਂ ਹੈ ਨਾ ਸੇਵਕਾ ਵੀ ਇੰਸਟਾਗ੍ਰਾਮ ਦਾ ਕਿੱਡਾ ਸਟਾਰ ਬੰਦਾ ਸੜਕ ਤੇ ਪਿਆ, ਫੁੱਦੂ ਸਟਾਰ ਆ ਬਾਈ, ਗਾਲਾਂ ਨਾ ਦਿਓ, ਸਟਾਰ ਸਟੂਰ ਕੋਈ ਨਹੀਂ, ਟਾਈਮ ਪਾਸ ਕਰਦੇ ਆ, ਥੱਕ ਗਏ, ਇੱਕ ਧੁੰਦ ਵਾਲੀ ਪਈ ਜਾਂਦੀ ਆ, ਠੰਡ ਵਾਲੀ ਹੋ ਰਹੀ ਆ, ਕੰਮ ਟੇਢਾ ਹੋ ਗਿਆ, ਮੋੜ ਮੋੜ ਰੀਲਾਂ ਵਿੱਚ ਦਿਸਦੇ ਨੇ ਜੋ ਹੁੰਦੇ ਜਾਟੇ, ਉਹ ਹੁੰਦੇ ਜਾਟੇ ਮਾਲ ਰੋਡ ਤੇ ਬਾਈ, ਰੌਣਕ ਮੇਲਾ ਫੁੱਲ ਆ ਬਾਈ, ਪੂਰਾ ਐਨ ਸਿਰਾ ਹੋਇਆ ਪਿਆ, ਉਸੇ ਚਰਚ ਜਿਹਦੇ ਤੁਸੀਂ ਰੀਲਾਂ ਜੀਆਂ 'ਚ ਨਹੀਂ ਦੇਖਦੇ ਹੁੰਦੇ, ਕਈ ਮੁੰਡੇ ਰੀਲਾਂ ਪਾਉਂਦੇ ਹੁੰਦੇ ਨੇ, ਇਹ ਚਰਚ ਮੂਹਰੇ ਖੜ ਕੇ ਵੀ ਬੜਿਆਂ ਦੀਆਂ ਰੀਲਾਂ ਚੱਲੀਆਂ ਨੇ, ਅਤੇ ਇੱਧਰ ਆਪਣਾ ਘੋੜ ਸਵਾਰੀ ਹੋ ਰਹੀ ਹੈਗੀ, ਸਾਰੇ ਪੂਰਾ ਘੈਂਟ ਕੰਮ ਆ। ਸੇਵਕਾ ਕਿਵੇਂ ਆ ਮਾਹੌਲ ਬਾਈ, ਪਾਲਾ ਬਾਲਾ ਲੱਗੀ ਜਾਂਦਾ, ਹਵਾ ਬੜੀ ਠੰਡੀ ਚੱਲੀ ਜਾਂਦੀ, ਇੰਨਾ ਪਾਲਾ ਲੱਗੀ ਜਾਂਦਾ ਠੰਡੀ ਗੱਲਾਂ ਦੇ, ਸਾਲਾ ਹੈ ਮਨ ਤਾਂ ਦਿਲ ਕੀ ਪਿਆ ਆਪਣਾ, ਆ ਫਿਰਦੀ ਆ ਦੁਨੀਆ ਨਜ਼ਾਰੇ ਲੈਂਦੀ ਆ, ਭਰਾਵਾ ਪਤਾ ਨਹੀਂ ਪੈਸਾ ਪੂਸਾ ਰੱਬ ਆਪ ਹੀ ਦੇਈ ਜਾਂਦਾ, ਭਾਵੇਂ ਕੋਈ ਕਿੱਧਰ ਵਗ ਜਾਂਦਾ, ਕੋਈ ਕੁੜੀ ਨਾਲ ਫਿਰਦਾ, ਕੋਈ ਯਾਰਾਂ ਨਾਲ ਫਿਰਦਾ, ਕੋਈ ਕਿਵੇਂ ਫਿਰਦਾ, ਫੁੱਲ ਨਜ਼ਾਰੇ ਲੈਂਦੀ ਆ ਜਨਤਾ ਬਈ, ਕਰਿਆ ਕਰੋ ਇੰਜੋਏ ਯਾਰ, ਜ਼ਿੰਦਗੀ ਦਾ ਕੀ ਪਤਾ ਹਨਾ, ਕਦੋਂ ਵੀਜ਼ਾ ਲੱਗ ਜੀ ਕੈਨੇਡਾ ਦਾ।
सिरा स्वाद है कहते यार भाई स्वर्ग आ यार इतने का यार है ना पर आप पिंड वर्गी कि मोजा पंजाब का पंजाब ही है पर आ हूं गर्मी वाली सी इतने स्वर्ग है पूरा देखो रूम देखो नजारे का रूम टैटू तो बन गए बहुत माल रोड से बी मेला लग्या हुआ पूरा पुस्तक मेला देखते हैं माहौल पुस्तक तो आप पढ़ने वाले खेड़े सू पती है सारा कुदरत है की चीज दूरा क्या माहौल यार की यार सिस्टम आ रहा समझ चो बहार आ कम यार तसली हो गई जमा लाइटा कुछ नी भैन महंगी वाला समान आइसक्रीम 100 तो स्टार्ट साडे पिंड 10-10 गुप्पा देंदे ने यार मार दे आही फाना इधर बुढ़िया घोड़ सवारी करी जांदे सगा दे थोड़ा जा जौना मोड़ घोड़ी ते सवार हो गया ये भी भाई लुटी है जाना भाई निरी लुटा यार ये गल है की पता चल आप जायज रेट लो चल जाना इधर 10-20 रुपये बा जिहड़ी चीज यार अपने 10 रुपया की इत्थे 30-40 रुपया की है तक मुड़ जांदा मैं तो बस एक गल जानता यार जिन्हें घूमना आना 4-5 हज़ार ना सारना फिर तो बी इतो कोई चीज ना लो बस आपका घूम फिर लो नजारे ले लो अभी भी दुकाना च बड़के सवाद लिया लेता कुछ नहीं 500 तो घट दी चीज हैगी अपने टेले यार हो रही नहीं पता किन्ने सवाद भाई जट ने इन्ना का नाम खटिया हिमाचल च भी बाई दियां शर्टां विकदियां ने एवें नहीं दुनिया फैन हैगी आ देखो भाई पूरा ना शिमले देख लो शिमले भी 295 हुई पई है आही कुछ खटिया जट ने यार बंदा होवे इहजा उम्र चाहे छोटी होवे पर काम बड़ा करके जावे बंदा बस उही बंदा हुंदा ते मूसे वाले ने उही काम करया भाई भरा बस जिंदगी दा सब तो बड़ा दुख मैं कहना आप जांदा भी नहीं हुंदा जिन्ना बाई दा होया सीगा 295 दा लास्ट राइड दबना दुबना दा जट ने सिखी नहीं हरेक चीज है ए टू जेड चीज ओ घंटा लेना आपा कुछ नहीं बस आपा तो रेट पुछ के मुड़े आने हरेक चीज का बाबे इधर शूज साड़िया मान लो यार भी ए टू जेड चीज है इतने भाई घूम फिर के रूम जाके सारा माल मूल रोड घूम के आए जमा थक गए गोडे जवाब दे गए ते कल नू आपा जाना कुफरी कुफरी का ब्लॉग भी बनावांगे बने रहो अपने चैनल नाल पूरी एंड गल बात करांगे हुण असीं एंजॉय करी जांदे आ है ना थोड़ा बहुत तुहानूं पता है भी जरूरी है नाल जिंदगी दे ते कल नूं मिलदे आ घंट ब्लॉग चैनल सबसक्राइब चैनल सबसक्राइब करना भुल्ले होना तुहानूं बार बार कहना मैनूं आप नूं नहीं चंगा लगता लव यू आ भाई सारयां नूं कल नूं फुल घंट ब्लॉग बणू कुफरी वाला ते उद्दू बाद इक घाट जीते जाणा गाहां टप्प भी सकदे आ ते बने रहो ओके